ਪੀਏਡੀਬੀ ਬੈਂਕ ਭਿੱਖੀਵਿੰਡ ਦੇ ਡਾਇਰੈਕਟਰਜ਼ ਵੱਲੋਂ ਚੋਣ ਰਾਹੀਂ ਸੂਰਜ ਉਦੇ ਸਿੰਘ ਨਾਰਲੀ ਨੂੰ ਬੈਂਕ ਦਾ ਚੇਅਰਮੈਨ ਚੁਣ ਲਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੈਂਕ ਦੇ ਮੈਨੇਜਰ ਗੁਰਦੇਵ ਸਿੰਘ ਨੇ ਕਿਹਾ ਹੈ ਕਿ ਬੈਂਕ ਦੇ ਮੈਂਬਰਾਂ ਦੁਆਰਾ 7 ਡਾਇਰੈਕਟਰਜ਼ ਦੀ ਪਹਿਲਾਂ ਹੀ ਚੋਣ ਕੀਤੀ ਗਈ ਸੀ। 2 ਡਾਇਰੈਕਟਰਜ਼ ਦੀ ਚੋਣ ਹੋਣ ਤੋਂ ਬਾਅਦ ਅੱਜ ਡਾਇਰੈਕਟਰਜ਼ ਵੱਲੋਂ ਸਰਬਸੰਮਤੀ ਨਾਲ ਸੂਰਜ ਉਦੇ ਸਿੰਘ ਨਾਰਲੀ ਨੂੰ ਬਤੌਰ ਚੇਅਰਮੈਨ ਚੁਣ ਲਿਆ ਗਿਆ। ਸੂਰਜ ਉਦੇ ਸਿੰਘ ਨਾਰਲੀ ਦੀ ਚੇਅਰਮੈਨੀ ਵਜੋਂ ਹੋਈ ਚੋਣ ਉਪਰੰਤ ਉਹਨਾਂ ਦੇ ਅਹੁਦਾ ਸੰਭਾਲਣ ਦੀ ਰਸਮ ਮੌਕੇ ਹਲਕਾ ਖੇਮਗੜ੍ਹ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ, ਸਾਬਕਾ ਸਿੰਚਾਈ ਮੰਤਰੀ ਗੁਰਜੀਤ ਸਿੰਘ ਭੁੱਲਰ, ਅਨੂਪ ਸਿੰਘ ਭੁੱਲਰ, ਸੂਬਾ ਕਮੇਟੀ ਮੈਂਬਰ ਸਰਵਨ ਸਿੰਘ ਧੁੰਨ ਵਿਸ਼ੇਸ਼ ਤੌਰ ਤੇ ਪੁੱਜੇ। ਪੀਏਡੀ ਬੈਂਕ ਦਾ ਚੇਅਰਮੈਨ ਜਿਹੜਾ ਸਾਰੇ ਸਾਡੇ ਡਾਇਰੈਕਟਰ ਸਾਹਿਬਾਨਾਂ ਨੇ ਜਿਹੜੀ ਚੋਣ ਪਿਛਲੇ ਕੁਛ ਮਹੀਨੇ ਪਹਿਲਾਂ ਹੋਈ ਸੀ ਡਾਇਰੈਕਟਰ ਦੀ, ਅੱਜ ਉਹਨਾਂ ਦੀ ਸਾਰਿਆਂ ਦੀ ਸਹਿਮਤੀ ਦੇ ਨਾਲ ਉਹਨਾਂ ਨੇ ਸਾਡੇ ਨਾਰਲੀ ਤੋਂ ਸਰਦਾਰ ਸੂਰਜ ਉਦੇ ਸਿੰਘ ਜੀ ਨੂੰ ਜਿਹੜਾ ਵਾ ਬੈਂਕ ਦਾ ਚੇਅਰਮੈਨ ਜਿਹੜਾ ਵਾ ਚੁਣਿਆ। ਹਾਂਜੀ, ਡਾਇਰੈਕਟਰ ਦੀ ਜਿਹੜੀ ਡਾਇਰੈਕਟਰਾਂ ਦੀ ਜਿਹੜੀ ਚੋਣ ਪਹਿਲਾਂ ਇਹ ਕਿੰਨੇ ਸਰ ਜੀ ਡਾਇਰੈਕਟਰਸ ਪਹਿਲਾਂ ਚੁਣੇ ਗਏ ਨੇ? ਇਹ 7 ਸਾਡੇ ਡਾਇਰੈਕਟਰ ਜਿਹੜੇ ਸੀਗੇ ਇਹ 3 ਮਹੀਨੇ ਪਹਿਲਾਂ, ਹਾਂਜੀ ਤਕਰੀਬਨ 3 ਮਹੀਨੇ ਪਹਿਲਾਂ ਜਿਹੜੇ ਆ ਚੁਣੇ ਗਏ ਸੀ। 2 ਜਿਹੜੇ ਸਾਡੇ ਅੱਜ ਨੋਮੀਨੇਟਿਡ ਸਾਡੇ ਡਾਇਰੈਕਟਰ ਜਿਹੜੇ ਉਹ ਚੁਣੇ ਗਏ ਸਰ। ਬੈਂਕ ਦੇ ਵਿੱਚ ਲੱਗੇ ਹੋਏ ਆ, ਜਿਹੜਾ ਕੋਆਪਰੇਟਿਵ ਬੈਂਕ ਦੇ ਰਾਹੀਂ ਜਿਹੜੇ ਛੋਟੇ ਜ਼ਿਮੀਂਦਾਰ ਆ, ਮੈਂ ਅੱਗੇ ਵੀ ਹਮੇਸ਼ਾ ਦੱਸਦਾ ਰਿਹਾ ਵੀ ਤਕਰੀਬਨ ਸਾਡੇ 3,000 ਢਾਈ ਏਕੜ ਤੋਂ ਛੋਟੇ ਕਿਸਾਨਾਂ ਨੂੰ ਹਲਕੇ ਖੇਮ ਕਰਨ ਦੇ ਨੂੰ ਫਾਇਦਾ ਲਾਭ ਉਹਦਾ ਮਿਲਿਆ ਵਾ, ਜਿਹਦੇ ਵਿੱਚ ਤਕਰੀਬਨ 17 ਤੋਂ 18 ਕਰੋੜ ਰੁਪਇਆ ਜਿਹੜਾ ਵਾ ਸਿਰਫ ਆਪਣੇ ਹਲਕੇ ਦੇ ਵਿੱਚ ਆਇਆ। ਔਰ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਵਾ 2.5 ਏਕੜ ਤੋਂ ਉੱਪਰਲੇ ਜਿਹੜੇ ਜ਼ਿਮੀਂਦਾਰ ਆ ਉਹਨਾਂ ਦਾ ਕਰਜ਼ਾ ਮਾਫੀ ਕਰਨ ਦੀ ਜਿਹੜੀ ਪ੍ਰਕਿਰਿਆ ਵਾ ਉਹ ਚਾਲੂ ਵਾ। 2.5 ਕਿੱਲੇ ਤੋਂ ਥੱਲੇ ਵਾਲਾ ਜੇ ਕੋਈ ਜ਼ਿਮੀਂਦਾਰ ਕੋਈ ਰਹਿ ਗਿਆ ਹੋਵੇ, ਕਿਸੇ ਨੂੰ ਕਰਜ਼ਾ ਨਾ ਮਿਲਿਆ ਹੋਵੇ, ਉਹ ਆਪਦੀ ਦਰਖਾਸਤ ਜਿਹੜੀ ਆ ਉਹ ਫਿਰ ਵੀ ਦੇ ਸਕਦਾ। ਜਿਵੇਂ ਜਿਵੇਂ ਹੁਣ ਮੰਗਾਂ ਕੋਈ ਡਿਮਾਂਡ ਕਿਸਾਨਾਂ ਦੇ ਨਾਲ ਬਹਿ ਕੇ, ਕਿਉਂਕਿ ਅੱਜ ਹੀ ਚੇਅਰਮੈਨ ਸਾਹਿਬ ਨੇ ਜੋ ਅਹੁਦਾ ਸੰਭਾਲਿਆ ਵਾ, ਹੁਣ ਆਪਦੀ ਕਾਰਜਕਾਰੀ ਦੇ ਰਾਹੀਂ ਸਾਰੇ ਪਿੰਡਾਂ ਦੇ ਵਿੱਚ ਕਿਸਾਨਾਂ ਦੇ ਨਾਲ ਜ਼ਿਮੀਂਦਾਰਾਂ ਨਾਲ ਤਾਲਮੇਲ ਕਰਕੇ ਵੱਧ ਤੋਂ ਵੱਧ ਰਾਬਤਾ ਕਾਇਮ ਕਰਕੇ ਜੋ ਵੀ ਮੁਸ਼ਕਲਾਂ ਜਾਂ ਸਮੱਸਿਆਵਾਂ ਜਿਹੜੀਆਂ ਗਰਾਊਂਡ ਲੈਵਲ 'ਤੇ ਹੈਗੀਆਂ ਉਹਨੂੰ ਅਸੀਂ ਹੱਲ ਕਰਨ ਦੀ ਉਹ ਕਰਾਂਗੇ। ਪੀਏਡੀਬੀ ਬੈਂਕ ਭਿੱਖੀਵਿੰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਔਰ ਡਾਕਟਰ ਸਾਹਿਬਾਨ ਨੇ ਇੱਥੇ ਮੀਟਿੰਗ ਕੀਤੀ, ਉਹਨਾਂ ਨੇ ਅੱਜ ਮੈਨੂੰ ਇੱਥੇ ਚੇਅਰਮੈਨ ਸਾਹਿਬ ਵੱਲੋਂ ਚੁਣਿਆ। ਮੈਂ ਆਪਣੇ ਹਲਕੇ ਦੇ ਵਿਧਾਇਕ ਸਰਦਾਰ ਸੁਖਪਾਲ ਸਿੰਘ ਜੀ ਭੁੱਲਰ, ਜੋ ਸਾਡੇ ਹਰਮਨ ਪਿਆਰੇ ਨੇਤਾ ਨੇ, ਉਹਨਾਂ ਦਾ ਅਤੀ ਦਿਲੋਂ ਤਿਲੋਂ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਮੈਨੂੰ ਇਹ ਸੇਵਾ ਦਾ ਮੌਕਾ ਦਿੱਤਾ ਹੈ। ਅਤੇ ਸਾਡੇ ਸਾਬਕਾ ਮੰਤਰੀ ਸਰਦਾਰ ਗੁਰਜੀਤ ਸਿੰਘ ਜੀ ਭੁੱਲਰ, ਉਹਨਾਂ ਦਾ ਖਾਸ ਤੌਰ 'ਤੇ ਧੰਨਵਾਦ ਕਰਦਾ ਹੈ। ਸਾਡੇ ਵੀਰ ਮੋਹਿਤ ਸਿੰਘ ਜੀ ਭੁੱਲਰ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਔਰ ਇਹਨਾਂ ਦੀ ਮਿਹਰ ਦੇ ਨਾਲ ਹੀ ਸਾਰਾ ਮੇਰਾ ਜਿਸ ਸੇਵਾ ਕਰਨ ਦਾ ਮੈਨੂੰ ਮੌਕਾ ਮਿਲਿਆ ਹੈ। ਔਰ ਸਾਡੀ ਇਹੋ ਕੋਸ਼ਿਸ਼ ਹੋਊ ਕਿ ਜਿਹੜੀ ਬੈਂਕ ਹੈ ਤਰੱਕੀ ਦੀਆਂ ਰਾਹਾਂ 'ਤੇ ਜਾਵੇ ਔਰ ਸਾਰੇ ਸਾਡੇ ਕਿਸਾਨ ਵੀਰਾਂ ਨੂੰ ਇਹਦਾ ਪੂਰਾ ਫਾਇਦਾ ਹੋਵੇ ਔਰ ਜਿਹੜੇ ਸਾਡੇ ਕਿਸਾਨ ਵੀਰ ਨੇ ਇਸ ਬੈਂਕ ਦਾ ਵੱਧ ਤੋਂ ਵੱਧ ਫਾਇਦਾ ਲੈ ਸਕਣ ਔਰ ਆਪਣਾ ਬਿਜ਼ਨਸ ਵਧੀਆ ਚਲਾ ਸਕਣ। ਸਾਡੀ ਇਹੋ ਹੀ ਖੁਆਇਸ਼ ਹੈ ਕਿ ਸਾਰਾ ਇਲਾਕਾ ਸਾਡਾ ਤਰੱਕੀ ਕਰੇ। ਔਰ ਇੰਨਾ ਹੀ ਕਹਿੰਦਾ ਹੈ ਸਮਾਂ ਦਾ ਜਾਵੇ। ਖਲੜਾ ਤੋਂ ਰਾਜੀਵ ਕੁਮਾਰ, ਖਬਰ ਹਰਪਲ ਇੰਡੀਆ ਲਈ।